ਦਾ ਅਖਾੜਾ ਭਖਿਆ ਹੋਇਆ ਹੈ। ਸਾਰੇ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਅਖਾੜੇ ਵਿੱਚ ਉਤਰੇ। ਉੱਥੇ ਪੜ੍ਹੇ ਲਿਖੇ ਸੂਝਵਾਨ ਮਿਹਨਤੀ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੇ ਗੁਰਪ੍ਰੀਤ ਸਿੰਘ ਮੈਦਾਨ ਵਿੱਚ ਆਏ, ਜਿਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਪਿੰਡ ਮੇਰਾ ਪਰਿਵਾਰ, ਮੈਂ ਪੂਰੀ ਮਿਹਨਤ ਕਰਕੇ ਇਸ ਦਾ ਵਿਕਾਸ ਤੇ ਸੁਧਾਰ ਕਰਾਂਗਾ। ਮੈਨੂੰ ਆਪਣੀ ਕੀਮਤੀ ਵੋਟ ਪਾ ਕੇ ਪਿੰਡ ਦਾ ਸਰਪੰਚ ਚੁਣੋ, ਮੈਂ ਪਿੰਡ ਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾਵਾਂ। ਜੇ ਆਪਾਂ ਵਿੱਚ ਗੱਲ ਕਰੀਏ ਤਾਂ ਤੁਸੀਂ ਸਰਪੰਚੀ ਇਲੈਕਸ਼ਨ ਦੇ ਵਿੱਚ ਲੜ ਰਹੇ ਹੋ, ਪਹਿਲਾਂ ਤੁਸੀਂ ਮੈਂਬਰ ਸੀਗੇ, ਤੁਸੀਂ ਪਿੰਡ ਵਾਸੀਆਂ ਵੱਲੋਂ ਤੁਹਾਨੂੰ ਉਸਾਇਆ ਗਿਆ, ਤੁਹਾਨੂੰ ਖੜਾਇਆ ਗਿਆ, ਕੀ ਕਹਿਣਾ ਚਾਹੁੰਦੇ ਜੀ? ਅਸੀਂ ਮੈਂ ਪਿੰਡ ਵਾਸੀਆਂ ਪਹਿਲਾਂ ਵੀ ਮੈਂ 5 ਸਾਲ ਜਿਹੜੀ ਪੰਚ ਦੀ ਸੇਵਾ ਨਿਭਾਈ ਆ, ਉਹ ਮੇਰੀ ਸੇਵਾ ਨੂੰ ਦੇਖਦੇ ਹੋਏ ਕੁਛ ਨਗਰ ਦੇ ਪਤਵੰਤੇ ਸੱਜਣ ਨੇ ਜਿਹੜੇ ਜਾਂ ਮੇਰੀ ਟੀਮ ਆ ਜਾਂ ਮੇਰੀ ਹਰ ਵਕਤ ਨਾਲ ਰਹਿੰਦੇ ਨੇ ਜਾਂ ਸਾਰੇ ਨਗਰ ਨੇ ਮੈਨੂੰ ਸਹਿਯੋਗ ਦਿੱਤਾ ਵੀ ਗੁਰਪ੍ਰੀਤ ਚਲੋ ਤਾਂ ਇਹ ਨਗਰ ਦੀ ਸੇਵਾ ਕਰੀਆ, ਤੂੰ ਸਰਪੰਚੀ ਦੀ ਸੇਵਾ ਇੱਕ ਅਸੀਂ ਤੈਨੂੰ ਦੇਣੀ ਚਾਹੁੰਦੇ ਹਾਂ, ਤਾਂ ਉਹਨਾਂ ਦੇ ਸਹਿਯੋਗ ਨਾਲ ਹੀ ਮੈਂ ਖੜਾ ਹੋਇਆ। ਵਿਕਾਸ ਦੀ ਗੱਲ ਕਰੀਏ, ਤੁਹਾਡੇ ਬਿਲਕੁਲ ਬਾਈ, 5 ਸਾਲ ਤੋਂ ਮੈਂ ਨਾ ਨਗਰ ਦੀ ਸੇਵਾ ਹੀ ਕਰਦਾ ਹਾਂ, ਪਹਿਲਾਂ ਵੀ ਵਿਕਾਸ ਕਰਿਆ, ਹੁਣ ਵੀ ਵਿਕਾਸ ਕਰਾਂਗੇ, ਹੋਰ ਵੀ ਕੰਮ ਕਰਾਂਗਾ। ਜਿਹੜੇ ਆਪਾਂ 5 ਸਾਲਾਂ 'ਚ ਕੰਮ ਕਰਵਾਏ ਨੇ, ਜਿਵੇਂ ਉਹਨਾਂ 2.5 ਸਾਲਾਂ ਤੋਂ ਆਪਾਂ ਜਿਵੇਂ ਸਾਡੇ ਉਰੇ ਪੰਚਾਇਤ ਘਰ ਬਣਿਆ ਬਹੁਤ ਹੀ ਸ਼ਾਨਦਾਰ, ਤੁਸੀਂ ਜਾ ਕੇ ਦੇਖ ਵੀ ਸਕਦੇ ਹੋ, ਉਹਦੇ ਲਈ ਆਪਾਂ 40-42 ਲੱਖ ਰੁਪਏ ਲੈ ਕੇ ਆਏ, ਦੇਖਣ ਯੋਗ ਬਣਾਇਆ, ਪੂਰਾ ਵਧੀਆ ਬਣਿਆ ਹੋਇਆ ਸ਼ਾਨਦਾਰ। ਅਤੇ ਦੂਜਾ ਇੱਕ ਸਾਡੇ 3 ਟੋਭੇ ਸੀ, ਇੱਕ ਟੋਭੇ ਲਈ 70-65 ਲੱਖ ਰੁਪਏ ਹੁਣ ਲਾ ਕੇ ਹਟੇ ਹਾਂ ਜੀ, ਉਹਦਾ ਵਧੀਆ ਖੂਹ ਬਣਾਏ ਨੇ, 6 ਖੂਹ ਬਣੇ ਨੇ, ਪਾਣੀ ਦਾ ਮਤਲਬ ਕਿ ਸ਼ੀਸ਼ੇ ਵਾਲ ਮਾਡਲ ਬਣਾਇਆ, ਸ਼ੀਸ਼ੇ ਵਾਲ ਮਾਡਲ ਬਣਾ ਕੇ ਵਧੀਆ ਵੀ ਖੇਤਾਂ ਨੂੰ ਪਾਣੀ ਉਹਦਾ ਲੱਗੇ। ਚਲੋ ਉਹ 'ਤੇ ਵੀ ਸਾਡੀ ਮਿਹਨਤ ਚੱਲ ਰਹੀ, ਆਲੇ ਦੁਆਲੇ ਉਹਦੇ ਜਾਲੀ ਮਾਰੀ ਆ, ਲੋ ਪਿੱਟ ਪਵਾਈ ਆ। ਦੂਸਰਾ ਸਕੂਲ 'ਚ 37 ਲੱਖ ਦੀ ਅਸੀਂ ਗ੍ਰਾਂਟ ਲੈ ਕੇ ਆਏ ਆਪਣੇ ਆਲੇ ਦੁਆਲੇ ਸਟੇਡੀਅਮ ਲਈ, ਬੱਚਿਆਂ ਦੇ ਭੱਜਣ ਖਾਤਰ, ਵਿੱਚ ਉਹਦੇ ਪਾਰਕ ਲੱਗਣਾ ਰਹਿੰਦਾ, ਉਹ ਥੋੜ੍ਹਾ ਜਿਹਾ ਕੰਮ ਸਾਡਾ ਅਧੂਰਾ ਪਿਆ, ਉਹ ਵੀ ਮਤਲਬ ਕਿ ਆ ਚੋਣਾਂ ਤੋਂ ਬਾਅਦ ਅਸੀਂ ਉਹਦਾ ਚਲਾ ਦੇਣਾ ਕੰਮ, ਉਸ ਉਹਦਾ ਕੰਮ ਹੋ ਗਿਆ, ਕੁਛ ਉਹਦਾ ਕੰਮ ਰਹਿ ਗਿਆ। ਦੂਜੀ ਵਾਲੀਬਾਲ ਵਾਲੇ ਮੁੰਡੇ ਨੇ, ਉਹਨਾਂ ਲਈ ਮੈਂ ਪਹਿਲ ਦੇ ਤੌਰ 'ਤੇ ਇੱਕ ਗਰਾਊਂਡ ਬਣਾ ਕੇ ਦਿੱਤਾ, ਬਹੁਤ ਹੀ ਸ਼ਾਨਦਾਰ। ਬਾਕੀ ਜਿੱਥੇ ਸਾਡਾ ਗਰਾਊਂਡ ਬਣਿਆ ਹੋਇਆ ਉਹਦੇ ਲਈ ਲਾਈਟਾਂ ਦਾ ਪ੍ਰਬੰਧ ਕਰਿਆ ਮੈਂ, ਲਾਈਟਾਂ ਲਾਈਆਂ ਨੇ, ਚਾਹੇ ਆਪਾਂ ਉੱਥੇ 9 ਵਜੇ ਵਗ ਜੇ ਕੋਈ ਵੀ ਜੂਸ ਦਾ ਮੁੰਡਾ ਭੱਜਣ ਤਾਂ ਉੱਥੇ ਕੋਈ ਦਿੱਕਤ ਨਹੀਂ ਆਉਂਦੀ। ਅਤੇ ਹੋਰ ਆਹ ਹੁਣ ਮੈਂ ਗਲੀਆਂ ਨਾਲੀਆਂ ਲਈ ਲੈ ਕੇ ਆਇਆ 40 ਲੱਖ ਰੁਪਈਆ, ਗਲੀਆਂ ਨਾਲੀਆਂ ਦੇ ਕੁਛ ਕੰਮ ਚੱਲ ਰਹੇ ਨੇ, ਕੁਛ ਚੋਣਾਂ ਕਰਕੇ ਥੋੜ੍ਹੇ ਕੰਮ ਸਾਡੇ ਰੋਕ ਗਏ, ਉਦੋਂ 15 ਤਰੀਕ ਤੋਂ ਬਾਅਦ ਉਹ ਵੀ ਸਾਡੇ ਚੱਲ ਰਹੇ। ਇੱਕ ਸਾਡੇ ਟੋਭਾ ਹੋਰ ਆ, ਉਹਦੇ ਨਵੀਨੀਕਰਨ ਲਈ ਸਾਡਾ 40 ਲੱਖ ਰੁਪਈਆ ਆਇਆ ਹੋਇਆ। ਇੱਕ ਸਾਡੇ ਟੋਭਾ ਇੱਧਰ ਆ, ਉਹਦੀ ਖਾਤਰ ਸਾਡੇ ਪੈਸੇ ਪਵਾਏ ਹੋਏ ਨੇ, ਉਹ 'ਚ ਵੀ ਅਸੀਂ ਖੂਹ ਬਣਾਉਣੇ ਨੇ, ਕੋਸ਼ਿਸ਼ ਸਾਡੀ ਇਹੀ ਹੈ ਵੀ ਨਗਰ ਦਾ ਅਸੀਂ ਵੱਧ ਤੋਂ ਵੱਧ ਕਰੀਏ। ਅਸੀਂ ਤਾਂ ਇਹੀ ਕਹਿੰਦੇ ਵੀ ਪੜ੍ਹਾਈ ਤੌਰ 'ਤੇ ਜਿਵੇਂ ਸਕੂਲ 'ਚ ਹੁਣ ਅਸੀਂ 5 ਕਮਰੇ ਵੀ ਬਣਵਾਏ ਨੇ, ਉਹਨਾਂ ਦਾ ਵੀ ਕੰਮ ਜਮ੍ਹਾਂ ਸਿਰੇ ਚੜ੍ਹਿਆ ਮੁਕੰਮਲ ਹੋ ਗਿਆ। ਇੱਧਰ ਸਾਡੇ ਇੱਕ ਛੋਟਾ ਸਕੂਲ ਆ, ਉਹਦੇ ਲਈ ਵੀ ਗ੍ਰਾਂਟ ਲੈ ਕੇ ਆਏ ਗਏ 6-7 ਲੱਖ ਰੁਪਏ ਦੀ, ਉਹਦੇ ਲਈ ਵੀ ਕਮਰੇ ਬਣਾਏ ਨੇ। ਜਿਮ ਐਜੂਕੇਸ਼ਨ ਉੱਥੇ ਅਸੀਂ ਆਪ ਵੀ ਗੌਰ ਰੱਖਦੇ, ਜਾਂਦੇ ਹਾਂ ਟੀਚਰ ਲਵੇ ਪਤਾ, ਆਪ ਸਾਨੂੰ ਆ ਕੇ ਮਾਪੇ ਦੱਸ ਦਿੰਦੇ ਜੇ ਕੋਈ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੀ ਗੱਲ ਆ, ਤਾਂ ਅਸੀਂ ਉੱਥੇ ਪਹੁੰਚਦੇ ਹਾਂ ਜੀ। ਹਾਂਜੀ, ਅਤੇ ਹੋਰ ਬਾਈ ਜੀ, ਕਿਹੜਾ ਸਰਪੰਚ ਬਣ ਜਾਂਦੇ ਹੋ ਤਾਂ ਫਿਰ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਕਿ ਆਪਾਂ ਹੋਰ ਇਸ ਤੋਂ ਵੱਧ ਵਿਕਾਸ ਕਰੀਏ? ਆਪਾਂ ਸਾਡੇ ਮਨ ਜੇ ਵੀਰ ਹੈ ਨਾ, ਹੁਣ ਜੇ ਮੈਂ ਤੁਹਾਨੂੰ ਦੱਸਾਂ ਬਹੁਤ ਕੁਝ ਚੱਲ ਰਿਹਾ ਹੈ ਨਾ, ਜੇ ਆਪਾਂ ਵੋਟਾਂ ਤੋਂ ਪਹਿਲਾਂ ਹੀ ਗੱਲ ਕਰਾਂਗੇ ਹੈ ਨਾ, ਵੀ ਐਂ ਮੇਰੀ ਸੋਚ ਥੋੜ੍ਹੀ ਜਿਹੀ ਵੱਖਰੀ ਹੈ ਵੀ ਮੇਰਾ ਹੁਣ ਇੱਕ ਲਾਇਬ੍ਰੇਰੀ ਵੀ ਪਾਸ ਕਰਾਈ ਹੋਈ ਆ, ਉਹਦੇ ਲਈ ਮੈਂ ਜਗ੍ਹਾ ਲੱਭ ਰਿਹਾ ਹੈਗਾ ਵੀ ਮੈਨੂੰ ਨਗਰ 'ਚ ਜਗ੍ਹਾ ਕਿਤੇ ਇਹੀ ਜਿਹੀ ਥਾਂ ਮਿਲ ਜੇ ਜਿੱਥੇ ਸਾਡਾ ਸਾਰਾ ਨਗਰ ਆ ਕੇ ਬਹਿ ਕੇ ਉਹ ਲਾਇਬ੍ਰੇਰੀ 'ਚ ਯੂਥ ਕਿਤਾਬਾਂ ਪੜ੍ਹੇ ਅਤੇ ਚੰਗੇ ਪਾਸੇ ਨੂੰ ਜਾਵੇ, ਨਸ਼ਿਆਂ ਤੋਂ ਜੀ ਹਟੇ ਜੀ, ਸਾਡੀ ਇਹੀ ਸੋਚ ਆ। ਪਿੰਡ ਵਾਸੀਆਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ? ਪਿੰਡ ਵਾਸੀਆਂ ਨੂੰ ਤਾਂ ਮੈਂ ਇਹੀ ਮੈਸੇਜ ਦਿੰਦਾ, ਭਰਾ ਦੇਖ ਮੈਂ 5 ਸਾਲ ਰਿਹਾਗਾ ਨਾ, ਤੁਸੀਂ ਮੈਨੂੰ ਪਰਖਿਆ, ਤੁਹਾਡਾ ਪਰਖਿਆ ਹੋਇਆ ਮੈਂ ਬੰਦਾ ਗਾ, ਮੇਰੀ ਵੱਧ ਤੋਂ ਵੱਧ ਆ ਸਰਪੰਚੀ ਚੋਣਾਂ 'ਚ ਮਦਦ ਕੀਤੀ ਜਾ, ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਇਮਾਨਦਾਰੀ ਨਾਲ ਨਗਰ ਦਾ ਕੰਮ ਕਰੂੰਗਾ, ਤੁਹਾਡਾ ਵਿਸ਼ਵਾਸ ਤੋੜੂੰਗਾ ਨਹੀਂ 5 ਸਾਲਾਂ 'ਚ।